ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ। ਹੁਣ ਜੋ ਵਿਸ਼ਾ ਤੁਹਾਡੇ ਨਾਲ ਲੈ ਕੇ ਆਇਆ ਹਾਂ ਉਹ ਪੱਛਮੀ ਦਿਸ਼ਾ ਦੇ ਨਾਲ ਸੰਬੰਧਿਤ ਇਹ ਵਿਸ਼ਾ ਹੈ ਅਤੇ ਭਾਰਤ ਦੇ ਵਿੱਚ ਇਹ ਵਿਸ਼ੇ ਦਾ ਕੀ ਪ੍ਰਭਾਵ ਪੈ ਰਿਹਾ, ਇਸ ਘਟਨਾਵਾਂ ਦਾ, ਇਸ ਤਰ੍ਹਾਂ ਦੀਆਂ ਗੱਲਾਂ ਦਾ ਕੀ ਪ੍ਰਭਾਵ ਪੈ ਰਿਹਾ ਹੈ ਇਸ ਵਿਸ਼ੇ ਦੇ ਉੱਤੇ ਅੱਜ ਤੁਹਾਡੇ ਨਾਲ ਮੈਂ ਗੱਲ ਕਰਨ ਲੱਗਿਆ ਹਾਂ। ਦੋਸਤੋ, ਪੱਛਮ ਦੇ ਵਿੱਚ ਜਾਂ ਅੰਗਰੇਜ਼ਾਂ ਦੇ ਦੇਸ਼ਾਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜਿਸ ਨੂੰ ਕਹਿੰਦੇ ਆ ਬੁਲੀ ਹੋਣਾ। ਇਹ ਬੁਲੀ ਹੋਣ ਤੋਂ ਭਾਵ ਹੈ ਕਿ ਕਿਸੇ ਬੱਚੇ ਨੂੰ ਕਿਸੇ ਖਾਸ ਕਮੀ ਦੇ ਚੱਲਦਿਆਂ ਕਿਸੇ ਵਜ੍ਹਾ ਦੇ ਕਰਕੇ ਉਸਨੂੰ ਚੜਾਉਣਾ, ਅਤੇ ਉਹ ਬੱਚਾ ਉਸ ਵਜ੍ਹਾ ਦੇ ਕਰਕੇ ਚਿੜਦਾ ਹੈ ਅਤੇ ਉਹ ਸਾਈਕੋ ਹੋ ਜਾਂਦਾ ਹੈ, ਚਿੜਚਿੜਾ ਹੋ ਜਾਂਦਾ ਹੈ, ਗੁੱਸੇ ਵਾਲਾ ਹੋ ਜਾਂਦਾ ਹੈ, ਅਤੇ ਭਵਿੱਖ ਵਿੱਚ ਜਾ ਕੇ ਉਹ ਇੱਕ ਕ੍ਰਿਮੀਨਲ ਦਾ ਰੂਪ ਧਾਰਨ ਕਰ ਲੈਂਦਾ ਹੈ। ਉਹ ਇਸ ਤਰ੍ਹਾਂ ਦਾ ਚਿੜਚਿੜਾ ਹੋ ਜਾਂਦਾ ਹੈ, ਉਹ ਸਮਾਜ ਨੂੰ ਨਫ਼ਰਤ ਕਰਨ ਲੱਗ ਜਾਂਦਾ ਹੈ। ਪਰ ਇਹ ਚੀਜ਼ ਅੰਗਰੇਜ਼ਾਂ ਵਿੱਚ ਵੇਖਣ ਨੂੰ ਮਿਲਦੀ ਸੀ, ਉਹਨਾਂ ਦੇਸ਼ਾਂ ਵਿੱਚ ਵੇਖਣ ਨੂੰ ਮਿਲਦੀ ਸੀ, ਪਰ ਹੁਣ ਸਾਡੇ ਬੱਚਿਆਂ ਵਿੱਚ ਵੀ ਇਹ ਚੀਜ਼ ਵੇਖਣ ਨੂੰ ਮਿਲਦੀ ਹੈ। ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਸੇ ਨੂੰ ਕੋਈ ਐਸਾ ਵੈਸਾ ਨਾਮ ਲੈ ਕੇ ਬੁਲਾਉਂਦਾ ਸੀ, ਜਿਵੇਂ ਛੋਟੇ ਕੱਦ ਵਾਲੇ ਨੂੰ ਮਧਰੂ ਜਾਂ ਮੱਡੂ ਕਹਿੰਦੇ ਸੀਗੇ, ਜਾਂ ਭਾਰੇ ਸਰੀਰ ਵਾਲੇ ਨੂੰ ਮੋਟੂਆ ਕਹਿੰਦੇ ਸੀਗੇ, ਜਾਂ ਫਿਰ ਪਤਲੇ ਨੂੰ ਕਹਿੰਦੇ ਸੀ ਸੁਕੜਿਆ, ਅਤੇ ਉਹਦੇ ਅਲੱਗ ਅਲੱਗ ਨਾਮ ਰੱਖੇ ਜਾਂਦੇ ਸੀ। ਕਾਲੇ ਰੰਗ ਦੇ ਨੂੰ ਕਾਲੂ ਕਹਿੰਦੇ ਸੀਗੇ, ਠੀਕ ਹੈ, ਅਤੇ ਜਾਂ ਫਿਰ ਜਿਹੜੇ ਬਹੁਤੇ ਗੋਰੇ ਚਿੱਟੇ ਹੁੰਦੇ ਸੀ ਉਹਨਾਂ ਨੂੰ ਬੱਗੂ ਕਹਿੰਦੇ ਸੀ ਜਾਂ ਬੱਗਾ ਕਹਿੰਦੇ ਸੀ। ਇਸ ਤਰ੍ਹਾਂ ਦੇ ਨਾਮ ਆਮ ਹੀ ਸਾਡੇ ਪੰਜਾਬੀ ਘਰਾਂ ਦੇ ਵਿੱਚ, ਪੰਜਾਬੀ ਸਮਾਜ ਦੇ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿੱਚ ਲਏ ਜਾਂਦੇ ਸੀ, ਪਰ ਉਦੋਂ ਸਾਡੇ ਲੋਕ ਬੁਲੀ ਨਹੀਂ ਹੁੰਦੇ ਸੀ, ਉਹ ਚਿੜਦੇ ਨਹੀਂ ਸਕਦੇ, ਉਹ ਨਿਖਰਦੇ ਸੀ, ਉਹਨਾਂ ਵਿੱਚ ਆਪਸੀ ਪਿਆਰ ਬਣਿਆ ਰਹਿੰਦਾ ਸੀ, ਗੁੱਸਾ ਨਹੀਂ ਕਰਦੇ ਸੀ। ਜੇ ਕਿਸੇ ਨੇ ਕਹਿਤਾ ਤਾਂ ਕੋਈ ਗੱਲ ਨਹੀਂ, ਗੁੱਸਾ ਨਹੀਂ ਕਰਦੇ ਸੀ। ਪਰ ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਵੀ ਬੁਲੀ ਹੋਣ ਲੱਗ ਗਏ। ਕਾਰਨ ਕੀ ਆ? ਅਸੀਂ ਇਸ ਤਰ੍ਹਾਂ ਦੇ ਸਮਾਜ ਨੂੰ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਲਪਨਾ ਦੇ ਨਾਲ ਬਣਿਆ ਹੋਇਆ ਹੈ। ਅਸੀਂ ਕਹਿ ਰਹੇ ਹਾਂ ਵੀ ਆਪਦੀ ਭਾਸ਼ਾ ਨੂੰ ਛੱਡ ਦਿਓ, ਆਪਦੀ ਸੱਭਿਅਤਾ ਨੂੰ ਛੱਡ ਦਿਓ, ਬਗਾਨੀ ਭਾਸ਼ਾ ਅਤੇ ਬਗਾਨੀ ਸੱਭਿਅਤਾ ਨੂੰ ਅਪਣਾ ਲਵੋ। ਕਹਿਣ ਦਾ ਮਤਲਬ ਅਸੀਂ ਆਪਦੇ ਬੱਚੇ ਨੂੰ ਅੰਗਰੇਜ਼ ਬਣਾਉਣ 'ਤੇ ਤੁਲੇ ਹੋਏ ਹਾਂ, ਪਰ ਸਾਡੇ ਬੱਚੇ ਅੰਗਰੇਜ਼ ਨਹੀਂ ਬਣਨੇ ਅਤੇ ਨਾ ਹੀ ਇਹ ਬਣ ਸਕਦੇ ਅਤੇ ਨਾ ਹੀ ਬਣਨਗੇ, ਪਰ ਸਾਡੇ ਬੱਚੇ ਸਾਈਕੋ ਜ਼ਰੂਰ ਹੋ ਗਏ ਆ, ਬੁਲੀ ਜ਼ਰੂਰ ਹੋਣ ਲੱਗ ਗਏ ਆ। ਹਰ ਰੋਜ਼ ਮੀਡੀਆ 'ਚ ਖਬਰਾਂ ਆਉਂਦੀਆਂ, ਦੋਸਤ ਨੇ ਦੋਸਤ ਦਾ ਕਤਲ ਕਰਤਾ, ਮਾਂ ਨੇ ਬੱਚੇ ਨੂੰ ਮਾਰ ਦਿੱਤਾ, ਪਿਓ ਨੇ ਬੱਚੇ ਨੂੰ ਮਾਰ ਦਿੱਤਾ, ਬੱਚੇ ਨੇ ਪਿਓ ਨੂੰ ਮਾਰ ਦਿੱਤਾ। ਇਹ ਬੁਲੀ ਹੋਣ ਦੀਆਂ ਨਿਸ਼ਾਨੀਆਂ ਨੇ। ਪਹਿਲਾਂ ਇਸ ਤਰ੍ਹਾਂ ਦਾ ਜੋ ਸੱਭਿਆਚਾਰ ਸਾਡਾ ਨਹੀਂ ਸੀ, ਪਰ ਜਦੋਂ ਦੇ ਅਸੀਂ ਕਹਿਣ ਲੱਗ ਗਏ ਵੀ ਸਾਡੇ ਬੱਚੇ ਨੂੰ ਅੰਗਰੇਜ਼ੀ ਆਵੇ, ਸਾਡੇ ਬੱਚੇ ਉਹ ਸੱਭਿਅਤਾ ਨੂੰ ਅਪਣਾਉਣ, ਉਦੋਂ ਤੋਂ ਸਾਡੇ ਬੱਚੇ ਵੀ ਬੁਲੀ ਹੋਣ ਲੱਗ ਗਏ ਆ। ਸਾਡੀ ਸੱਭਿਅਤਾ ਦੇ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ। ਜੇ ਕੋਈ ਕਿਸੇ ਦਾ ਪੁੱਠਾ ਨਾਮ ਲੈਂਦਾ ਵੀ ਸੀ, ਕੋਈ ਉਲਟਾ ਨਾਮ ਲੈਂਦਾ ਵੀ ਸੀ, ਤਾਂ ਉਹਦਾ ਕੋਈ ਗੁੱਸਾ ਨਹੀਂ ਕਰਦਾ ਸੀ। ਜੇ ਕੋਈ ਆਂਢੀ ਗੁਆਂਢੀ ਝਿੜਕ ਵੀ ਦਿੰਦਾ ਸੀ, ਉਹਦਾ ਕੋਈ ਗੁੱਸਾ ਨਹੀਂ ਕਰਦਾ ਸੀ। ਪਰ ਹੁਣ ਦੇ ਬੱਚੇ ਗੁੱਸਾ ਕਰਦੇ ਆ, ਚਿੜਚਿੜੇ ਹੋ ਗਏ। ਕਾਰਨ ਕੀ ਆ? ਜੈਸੀ ਸੱਭਿਅਤਾ ਨੂੰ ਅਸੀਂ ਅਪਣਾਵਾਂਗੇ, ਜੈਸੀ ਭਾਸ਼ਾ ਨੂੰ ਅਸੀਂ ਅਪਣਾਵਾਂਗੇ, ਉਸ ਦੇ ਰੰਗ ਰੂਪ ਵੀ ਸਾਡੇ ਵਿੱਚ ਆਊਗਾ, ਉਸਦੇ ਔਗਣ ਅਤੇ ਗੁਣ ਵੀ ਸਾਡੇ ਵਿੱਚ ਆਉਣਗੇ। ਸਾਡੀਆਂ ਏਸ਼ੀਅਨ ਜਿਹੜੀਆਂ ਭਾਸ਼ਾਵਾਂ ਹੈਗੀਆਂ, ਏਸ਼ੀਆ ਦੇ ਵਿੱਚ ਬੋਲੀਆਂ ਜਾਣ, ਉਹਨਾਂ ਵਿੱਚ ਇੱਕ ਲਿਆਕਤ ਆ,
ਉਹਨਾਂ ਵਿੱਚ ਇੱਕ ਪਿਆਰ ਆ, ਚਾਹੇ ਉਹ ਗੁਰਮੁਖੀ ਆ, ਚਾਹੇ ਉਹ ਦੇਵਨਾਗਰੀ ਆ, ਚਾਹੇ ਉਹ ਸੰਸਕ੍ਰਿਤੀ ਆ, ਇਹਨਾਂ ਦੇ ਵਿੱਚ ਇੱਕ ਲਿਆਕਤ ਆ, ਪਿਆਰ ਆ, ਸਦਭਾਵਨਾ ਇਹਨਾਂ ਭਾਸ਼ਾਵਾਂ ਦੇ ਵਿੱਚ ਆਪਣਾਪਣ ਆ। ਸਾਡੀਆਂ ਭਾਸ਼ਾਵਾਂ ਵਿੱਚ ਰਿਸ਼ਤਿਆਂ ਦੇ ਨਾਮ ਨੇ, ਚਾਚਾ, ਤਾਇਆ, ਮਾਮਾ, ਮਾਸੀ, ਭੂਆ, ਫੁੱਫੜ। ਅੰਕਲ ਸ਼ਬਦ ਨਹੀਂ ਸੀਗਾ, ਅੰਕਲ ਤੇ ਕੁਛ ਸ਼ਬਦ ਆ, ਚਾਹੇ ਕਿ ਮਰਜ਼ੀ ਕਹੀ ਜਾਓ। ਭਾਸ਼ਾਵਾਂ ਦੇ ਗੁਣ ਅਤੇ ਔਗਣ ਵੀ ਸਾਡੇ ਵਿੱਚ ਆਉਣਗੇ ਜਿਹੜੀ ਭਾਸ਼ਾ ਅਸੀਂ ਸਿੱਖਾਂਗੇ, ਜਿਹਨੂੰ ਅਸੀਂ ਪੂਰਨ ਤੌਰ 'ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ। ਇਹੀ ਕਾਰਨ ਹੈ ਸਾਡੇ ਬੱਚੇ ਅੱਜ ਦੇ ਸਮੇਂ 'ਚ ਬੁਲੀ ਹੋਣ ਲੱਗ ਗਏ ਆ, ਈਗੋ ਨਾਲ ਭਰ ਗਏ ਆ, ਸਾੜੇ ਨਾਲ ਭਰ ਗਏ ਆ। ਇਹ ਬੁਲੀ ਹੋਣਾ ਸਾਡੇ ਸਮਾਜ ਵਿੱਚ ਨਹੀਂ ਸੀ, ਸਾਡੇ ਭਾਰਤ ਦੇ ਸੱਭਿਅਤਾ ਵਿੱਚ ਨਹੀਂ ਸੀ, ਪਰ ਹੁਣ ਆਉਣ ਲੱਗ ਗਿਆ। ਸੋ ਭਾਸ਼ਾਵਾਂ ਸਿੱਖੋ, ਸਿੱਖਣੀਆਂ ਗਲਤ ਨਹੀਂ, ਪਰ ਆਪਣੀ ਸੱਭਿਅਤਾ, ਆਪਣੀ ਭਾਸ਼ਾ ਨੂੰ ਛੱਡ ਕੇ ਉਹਨਾਂ ਦੇ ਪੱਕੇ ਹੋਣ ਦੀ ਕੋਸ਼ਿਸ਼ ਕਰਨਾ, ਤਾਂ ਇਸ ਦੇ ਮਾੜੇ ਨਤੀਜੇ ਤਾਂ ਸਾਹਮਣੇ ਆਉਣਗੇ ਹੀ ਆਉਣਗੇ। ਸੋ ਮੈਨੂੰ ਆਸ ਹੈ ਤੁਹਾਨੂੰ ਅੱਜ ਦਾ ਇਹ ਵਿਸ਼ਾ ਵਧੀਆ ਲੱਗਿਆ ਹੋਵੇਗਾ। ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।